ਗੁਰਬਾਣੀ ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਕੁਲਦੀਪ ਸਿੰਘ। ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਹਰਜਸ ਕੀਰਤਨ ਕੀਤਾ ਗਿਆ। ਉੱਥੇ ਹੀ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਸ਼ਹੀਦੀ ਦਿਹਾੜੇ 'ਤੇ ਪਹੁੰਚ ਕੇ ਅੱਜ ਵੱਡੀ ਗਿਣਤੀ ਹਾਜ਼ਰੀ ਭਰੀ ਅਤੇ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਸਿੱਖ ਕੌਮ ਦੀ ਪਰੰਪਰਾ ਰਹੀ ਹੈ ਕਿ ਜਿਹਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਹੈ ਔਰ ਮੈਲੀ ਅੱਖ ਨਾਲ ਦੇਖਿਆ ਹੈ, ਉਹਨੂੰ ਹਮੇਸ਼ਾ ਹੀ ਸਿੱਖਾਂ ਨੇ ਮੌਤ ਦੇ ਘਾਟ ਜਿਹੜਾ ਉਹ ਉਤਾਰ ਦਿੱਤਾ, ਚਾਹੇ ਅਬਦਾਲੀ ਸੀ, ਚਾਹੇ ਨਾਦਰ ਸ਼ਾਹ ਸੀ, ਚਾਹੇ ਬਾਅਦ 'ਚ ਅੰਗਰੇਜ਼ ਸੀ ਜਾਂ ਹੋਰ ਸੀ। ਸੋ ਇੱਕ ਸਿੱਖਾਂ ਦੀ ਰਵਾਇਤ ਰਹੀ ਹੈ ਕਿ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸੈਂਤੀ ਗੁਰਧਾਮਾਂ ਦੇ ਉੱਤੇ ਹਮਲਾ ਕਰਕੇ ਉਸ ਵੇਲੇ ਆਪਣੇ ਰਾਜਨੀਤਿਕ ਮਨਸੂਬਿਆਂ ਦੀ ਪ੍ਰਾਪਤੀ ਵਾਸਤੇ ਜਿਹੜਾ ਹਜ਼ਾਰਾਂ ਹੀ ਨੌਜਵਾਨ ਸਿੱਖ ਨੌਜਵਾਨਾਂ ਬੀਬੀਆਂ ਬੱਚਿਆਂ ਬਿਰਦਾਂ ਦਾ ਜਿਹੜਾ ਇੱਥੇ ਕਤਲੇਆਮ ਕੀਤਾ ਸੀ, ਅਤੇ ਇੱਕ ਤੀਸਰੀ ਜਿਹੜੀ ਆ ਉਹ ਸਾਨੂੰ ਘੱਲੂਘਾਰਾ ਕਰਕੇ ਇੱਕ ਸਿੱਖ ਨਸਲ ਕੁਸ਼ੀ ਦੀ ਜਿਹੜੀ ਆ ਉਹਨੇ ਸਾਨੂੰ ਇੱਕ ਯਾਦ ਦਵਾਈ ਸੀ, ਉਹਨਾਂ ਨੂੰ ਉਹਨੂੰ ਸੋਧਣ ਦਾ ਜਿਹੜਾ ਅੱਜ ਫਿਰ ਇਹਨਾਂ ਸ਼ਹੀਦਾਂ ਨੇ ਉਪਰਾਲਾ ਕੀਤਾ। ਅੱਜ ਉਹਨਾਂ ਦੀ ਸ਼ਹਾਦਤ ਦਾ ਦਿਹਾੜਾ, ਸਾਰੀ ਕੌਮ ਨੂੰ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕਰਦੇ ਹਾਂ। ਅੱਜ ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਫਾਂਸੀ ਸਜ਼ਾ ਲਾਈ ਸੀ, ਉਹਨਾਂ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਿੰਘ ਸੰਗਤ ਵੱਲੋਂ ਮਨਾਇਆ ਗਿਆ। ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਅਤੇ ਸਰਦਾਰ ਕੇਹਰ ਸਿੰਘ ਇਹਨਾਂ ਨੇ ਜਦੋਂ 1984 'ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਢਹਿ ਢੇਰੀ ਕਰ ਦਿੱਤਾ ਗਿਆ। ਉਸ ਸਮੇਂ ਜਿਹੜਾ ਸਿੱਖਾਂ ਦੀ ਹਾਲਤ ਸੀ ਬਹੁਤ ਹੀ ਮਾੜੀ ਹੋ ਗਈ ਸੀ, ਕਿਉਂਕਿ ਸਿੱਖ ਭੈ ਭੀ ਸਨ ਕਿ ਸਾਡਾ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ, ਕਿਉਂਕਿ ਹਰ ਇੱਕ ਸਿੱਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹਰ ਤਰ੍ਹਾਂ ਦਾ ਸੰਦੇਸ਼ ਮਿਲਦਾ, ਹਰ ਇੱਕ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਦੇਸ਼ ਆਦੇਸ਼ ਮੁਤਾਬਕ ਹੀ ਚੱਲਦਾ। ਉਸ ਸਮੇਂ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਜੋ ਉਸ ਜ਼ਾਲਮ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ, ਉਹਨਾਂ ਨੇ ਇਸ ਅਕਾਲ ਤਖਤ ਸਾਹਿਬ ਦੀ ਹਾਲਤ ਵੇਖ ਕੇ ਉਹ ਬਹੁਤ ਦੁਖੀ ਹੋਏ ਅਤੇ ਉਹਨਾਂ ਨੇ ਇੰਦਰਾ ਨੂੰ 31 ਅਕਤੂਬਰ 1984 ਨੂੰ ਸੋਧਾ ਲਾ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜਾ ਵੀ ਚੜ੍ਹ ਕੇ ਆਇਆ ਉਹਨੂੰ ਸਿੱਖਾਂ ਨੇ ਕਦੀ ਵੀ ਬਖਸ਼ਿਆ ਨਹੀਂ। ਸਿੱਖ ਕੌਮ ਕਦੀ ਵੀ ਪਹਿਲ ਨਹੀਂ ਕਰਦੀ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਉਹ ਇੰਦਰਾ ਗਾਂਧੀ। ਸਿੱਖ ਹਮੇਸ਼ਾ ਹੀ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੈ, ਪਰ ਜੇ ਕੋਈ ਚੜ੍ਹ ਕੇ ਆਉਂਦਾ ਆ ਤਾਂ ਉਹਨੂੰ ਸਿੱਖ ਕੌਮ ਹਮੇਸ਼ਾ ਹੀ ਜਵਾਬ ਦਿੰਦੀ ਹੈ। ਅੱਜ ਉਹਨਾਂ ਸ਼ਹੀਦਾਂ ਦਾ ਜਿਹੜਾ ਉਹ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਕੌਮ ਵੱਲੋਂ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ ਪਰਸੋਂ ਰੋਜ਼ 'ਤੇ, ਉਹਨਾਂ ਦਾ ਭੋਗ ਪਿਆ, ਉਪਰੰਤ ਕੀਰਤਨ ਹੋਇਆ। ਅੱਜ ਮੈਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਜਿੰਦਰ ਸਿੰਘ ਧਾਮੀ ਜੀ ਵੱਲੋਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ ਅਤੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਕਿ ਸਮੁੱਚੀ ਕੌਮ ਜਿਹੜੀ ਆ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੀ ਹੋਵੇ ਤਾਂ ਜੋ ਅਜਿਹੇ ਜੋ ਗੁਰੂ ਘਰਾਂ 'ਤੇ ਚੜ੍ਹ ਕੇ ਆਉਂਦੇ ਨੇ ਉਹਨਾਂ ਨੂੰ ਜਵਾਬ ਦਿੱਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ।